ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੂਰੀ ਨਿੱਜਰਾਂ ਦਾ ਜੱਟ ਹੈਗਾ। ਬਾਣੀ ਦੀ ਵਿਆਖਿਆ ਕਰਦਾ ਹੈਗਾ ਅਤੇ ਨਾਲੇ ਕ੍ਰਿਸਚੈਨਿਟੀ ਅਤੇ ਰੀਅਲ ਇਸਲਾਮ ਦਾ। ਜਿਹੜਾ ਰੀਅਲ ਇਸਲਾਮ ਹੈਗਾ ਉਹ ਸ਼ਰੀਆ ਫਰੀ ਹੈਗਾ, ਆਹ ਜਿਹੜਾ ਸ਼ਰੀਆ ਵਾਲਾ ਇਸਲਾਮ ਹੈ ਮੁੱਲਾ ਦਾ ਹੈਗਾ, ਅੱਲਾ ਦਾ ਨਹੀਂ ਹੈਗਾ। ਇੰਸ਼ ਮੁੱਲਾ ਦਾ ਇਸਲਾਮ ਹੈਗਾ, ਇੰਸ਼ ਅੱਲਾ ਦਾ ਇਸਲਾਮ ਜਿਹੜਾ ਹੈਗਾ ਉਹ ਸਤਿਗੁਰੂ ਨਾਨਕ ਦੇਵ ਜੀ ਨੇ ਅਤੇ ਜੀਜ਼ ਨੇ ਉਚਾਰਿਆ ਹੈਗਾ, ਪ੍ਰਚਾਰ ਕੀਤਾ ਉਹਦਾ ਅਤੇ ਉਹਦਾ ਕਲਾਮ ਉਚਾਰਿਆ ਹੈਗਾ। ਇੱਥੇ ਮੈਂ ਕਰ ਰਿਹਾ ਹੈਗਾ ਸਤਿਗੁਰੂ ਅਰਜਨ ਦੇਵ ਜੀ ਦੇ ਸੋਰਠ ਮਹੱਲਾ ਪੰਜਵਾਂ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਬੈ ਅਰੋਗਾ। ਇਸ ਆਪਣਾ ਵੀ ਸਰੀਰ ਇਹਨੂੰ ਇਸ਼ਨਾਨ ਕਰੀਏ ਅਤੇ ਫਿਰ ਠੰਡਾ ਹੋ ਜਾਂਦਾ ਹੈਗਾ, ਨਹੀਂ ਤਾਂ ਆਦਮੀ ਕਹਿੰਦਾ ਵੀ ਜਦੋਂ ਨਾ ਨਹਾਤਾ ਹੋਵੇ ਆਦਮੀ ਕਹਿੰਦਾ ਵੀ ਬੜਾ ਗਰਮ ਮਲੂਮ ਕਰਦਾ ਹੈਗਾ ਅਤੇ ਨਾਲੇ ਉਹ ਹੋਰ ਹੀ ਉਹਦਾ ਜਿਹੜੀ ਸੁਰਤੀ ਨਹੀਂ ਉਹਦੀ ਹੁੰਦੀ, ਸੁਰਤੀ ਹੁੰਦੀ ਜਦੋਂ ਨਹਾਵੇ ਠੰਡੇ ਪਾਣੀ 'ਚ। ਜਦੋਂ ਇਸੇ ਕਰਕੇ ਹਰਿਮੰਦਰ ਜਿਹੜਾ ਹੈਗਾ ਆਪਣੇ ਪਾਣੀ ਦੇ ਤਲਾਅ ਦੇ ਵਿੱਚ ਬਣਾਇਆ ਹੈਗਾ, ਗੱਬੇ ਬਣਾਇਆ ਹੈਗਾ ਕਿ ਇਹ ਹਰਿਮੰਦਰ ਹੈਗਾ। ਜਦੋਂ ਆਦਮੀ ਕੰਮ ਕਰਦਾ ਖੇਤੀ ਵਗੈਰਾ ਦਾ ਪਸੀਨਾ ਆਇਆ ਹੁੰਦਾ ਹੈਗਾ ਅਤੇ ਫਿਰ ਉਹ ਜਦੋਂ ਚਬੱਚੇ 'ਚ ਬਹਿੰਦਾ ਨਾ ਅਤੇ ਠੰਡਾ ਪਾਣੀ ਉੱਤੇ ਸਿਰ ਦੇ ਪੈਂਦਾ ਹੈਗਾ, ਫਿਰ ਕਹਿੰਦਾ ਹੁਣ ਸੁਰਤ ਆਈ, ਨਹੀਂ ਤਾਂ ਬੌਂਦਲਿਆ ਹੁੰਦਾ ਹੈਗਾ। ਅਤੇ ਇਸ ਕਰਕੇ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਹੁਣ ਇਸ਼ਨਾਨ ਕਰਕੇ ਤੂੰ ਤੈਨੂੰ ਸੁਰਤੀ ਆ ਜਾਂਦੀ ਹੈਗੀ, ਸਿਮਰ ਪ੍ਰਭ ਆਪਣਾ ਅਤੇ ਆਪਣਾ ਜਿਹੜਾ ਪ੍ਰਭ ਹੈਗਾ ਉਹਨੂੰ ਹੁਣ ਸਿਮਰ ਕਰ ਸੁਰਤੀ ਨਾਲ। ਇਹ ਜਿਹੜਾ ਪ੍ਰਭ ਬੇਸੁਰਤਾਂ ਕੋਲ ਨਹੀਂ, ਉਹ ਨਹੀਂ ਸਿਮਰ ਸਕਦੇ। ਉਹ ਬਾਣੀ ਜਿੱਦਾਂ ਤੋਤਾ ਪੜ੍ਹਦਾ ਹੈਗਾ ਉੱਦਾਂ ਪੜ੍ਹੀ ਜਾਣਗੇ, ਸਮਝ ਨਹੀਂ ਉਹਨਾਂ ਦੇ ਪੈਂਦੀ ਕੁਛ ਵੀ। ਅਤੇ ਉਹ ਆਪਣਾ ਜਿਹੜਾ ਪ੍ਰਭ ਹੈਗਾ ਉਹਨੂੰ ਸਿਮਰ ਕਰ, ਜਿਹਦਾ ਹਰਿਮੰਦਰ ਹੈਗਾ ਇਹੋ। ਮਨ ਤਨ ਬੈ ਅਰੋਗਾ, ਮਨ ਦੀ ਸਫਾਈ ਲਈ ਹੈਗਾ ਸ਼ਬਦ, ਤਨ ਦੀ ਸਫਾਈ ਲਈ ਹੈਗਾ ਪਾਣੀ। ਅਤੇ ਇਸ ਲਈ ਜਿੱਦਾਂ ਪਾਣੀ ਨਾਲ ਸਰੀਰ ਸਾਫ਼ ਕਰੀਦਾ ਹੈਗਾ ਨਾ ਅਤੇ ਇਹਨੂੰ ਚਮਕਾਈਦਾ ਹੈਗਾ, ਇੱਦਾਂ ਹੀ ਜਿਹੜਾ ਮਨ ਚਮਕਾਉਣਾ ਚਾਹੀਦਾ ਹੈਗਾ ਬਾਣੀ ਦੇ ਨਾਲ। ਅਤੇ ਜਦੋਂ ਮਨ ਤਨ ਦੋਨੋਂ ਚਮਕ ਪੈਣ ਫਿਰ ਅਰੋਗਾ ਹੋ ਜਾਂਦਾ, ਸਰੀਰ ਕਾਇਮ ਹੋ ਜਾਂਦਾ। ਨਾਲੇ ਜਦੋਂ ਆਦਮੀ ਬਾਣੀ ਅਤੇ ਪ੍ਰਭ 'ਤੇ ਵਿਸ਼ਵਾਸ ਕਰਦਾ ਹੈਗਾ ਤਦ ਆਦਮੀ ਦੁਨੀਆਂ ਦੇ ਜਿਹੜੇ ਫਿਕਰ ਹੁੰਦੇ ਨੇ ਇਹ ਉਹਦੇ ਤੋਂ ਮਿੱਟ ਜਾਂਦੇ ਨੇ, ਕਿ ਉਹ ਜੋ ਕਰਨਾ ਹੈਗਾ ਉਹਨੇ ਕਰਨਾ ਹੈਗਾ, ਇਸ ਲਈ ਆਰਾਮ ਨਾਲ ਸੌਂਦਾ ਹੈਗਾ। ਜਦੋਂ ਆਰਾਮ ਨਾਲ ਸੌਈਏ ਉਦੋਂ ਜਿਹੜੇ ਬਿਮਾਰੀਆਂ ਹੁੰਦੀਆਂ ਅੱਧੀਆਂ ਉਹ ਜਾਂਦੀਆਂ ਰਹਿੰਦੀਆਂ ਨੇ। ਬਹੁਤੀਆਂ ਬਿਮਾਰੀਆਂ ਫਿਕਰ ਨਾਲ ਲੱਗਦੀਆਂ ਵੀ ਆਹ ਹੋ ਗਿਆ ਆਹ ਹੋ ਗਿਆ, ਅਤੇ ਜਦੋਂ ਫਿਕਰ ਨਾ ਕਰੀਏ ਤਾਂ ਉਦੋਂ ਫਿਰ ਪ੍ਰਭ ਆਪੇ ਸਵਾਰਦਾ ਤੁਹਾਡੇ। ਕੋਟ ਵਿਘਨ ਲਾਥੇ, ਵਿਘਨ ਹੁੰਦੇ ਨੇ ਵੀ ਪਾਪ ਵਗੈਰਾ ਕੀਤੇ ਹੋਏ, ਜਿਹੜੇ ਉਲਟੇ ਕੰਮ ਕੀਤੇ, ਕੋਟ ਬਿਨ ਕਰੋੜਾਂ ਬਿਨ ਉਹ ਲੱਥ ਜਾਂਦੇ ਨੇ। ਪ੍ਰਭ ਸਰਨ ਪ੍ਰਗਟੇ ਭਲੇ ਸੰਜੋਗੋ ਸੰਜੋਗਾ, ਪ੍ਰਭ ਦੇ ਸਰਨ ਪਈਏ ਉਦੋਂ ਉਹ ਵਿਘਨ ਸਾਰੇ ਲੱਥ ਜਾਂਦੇ ਨੇ ਉਲਟੇ ਪੁਲਟੇ ਕੰਮ, ਅਤੇ ਪ੍ਰਗਟੇ ਭਲੇ ਸੰਜੋਗਾ। ਜੇ ਭਲੇ ਸੰਜੋਗ ਹੋਣ ਤਦ ਉਹ ਪ੍ਰਗਟ ਹੁੰਦਾ ਹੈਗਾ ਅੰਦਰ ਪ੍ਰਭ। ਆਹ ਜਿਹੜਾ ਬੋਲ ਰਿਹਾ ਹੁਣ ਮੈਂ ਇਹ ਪ੍ਰਭ ਦੀ ਵਡਿਆਈ ਨਾਲ ਬੋਲ ਰਿਹਾ ਹੈਗਾ,
ਕਿਉਂ ਇਹ ਹਰਿਮੰਦਰ ਹੈਗਾ, ਹਰਿਮੰਦਰ ਦੇ ਵਿੱਚ ਪ੍ਰਭ ਹੈਗਾ, ਬਾਹਰ ਨਹੀਂ ਹੈਗਾ, ਉੱਪਰ ਕਿਤੇ ਅੰਦਰ ਹੈਗਾ ਤੁਹਾਡੇ ਪਰਮਾਤਮਾ। ਅਤੇ ਇਹਦਾ ਜਿਹੜਾ ਪੁਜਾਰੀ ਹੁੰਦਾ ਹੈਗਾ ਪਰਮਾਤਮਾ ਦਾ, ਉਹਨੂੰ ਕਹੀਦਾ ਸਤਿਗੁਰੂ। ਅੰਤਰ ਸਤਿਗੁਰੂ ਰਾਧੀਏ ਜੀਵਾ ਜਪੇ ਨਾਮ, ਸਤਿਗੁਰੂ ਅੰਦਰ ਹੈਗਾ ਬਾਹਰ ਨਹੀਂ ਹੈਗਾ। ਇਹ ਜੇ ਸਤਿਗੁਰੂ ਹੈਗਾ ਤਾਂ ਤਦ ਸਤਿਗੁਰੂ ਨਾਨਕ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੈ। ਜੇ ਅੰਦਰ ਸਤਿਗੁਰੂ ਨਹੀਂ ਹੈਗਾ ਤਾਂ ਤੁਸੀਂ ਸਤਿਗੁਰੂ ਦੀ ਪਛਾਣ ਨਹੀਂ ਕਰ ਸਕਦੇ। ਸਤਿਗੁਰੂ ਦੀ ਪਛਾਣ ਸਤਿਗੁਰੂ ਹੀ ਕਰ ਸਕਦਾ ਹੈਗਾ। ਪ੍ਰਭ ਬਾਣੀ ਸ਼ਬਦ ਸੁਪਾਖਿਆ, ਪ੍ਰਭ ਦੀ ਬਾਣੀ ਹੈਗੀ ਅਕਾਲ ਪੁਰਖ ਦੀ, ਸ਼ਬਦ ਹੈਗਾ ਉਹ ਫਿਰ ਸੁਪਾਖਿਆ ਮੇਨ, ਵੀ ਉਹ ਚੰਗਾ ਲੱਗਦਾ ਹੈਗਾ। ਜਿੱਦਾਂ ਕਹੀਦਾ ਨਾ ਪਾਖਿਆ, ਵੀ ਆਪਾਂ ਹੁਣ ਉਹ ਬੁੱਝੀ ਦੀ ਵਿੱਚ ਕਹੀਦਾ ਵੀ ਉਹ ਫਲਾਨਾ ਆਦਮੀ ਨੂੰ ਪਖਦਾ ਹੈਗਾ ਵੀ ਉਹ ਚੰਗਾ ਨਹੀਂ ਹੈਗਾ। ਅਤੇ ਇੱਦਾਂ ਜਦੋਂ ਸ਼ਬਦ ਨਾਲ ਹੁੰਦਾ ਫਿਰ ਅਕਾਲ ਪੁਰਖ ਦਾ ਜਿਹੜਾ ਹੁੰਦਾ ਨਾ ਉਹਦੀ ਉਹਦਾ ਪ੍ਰਗਟ ਹੋ ਜਾਂਦਾ ਤੁਹਾਨੂੰ ਉਸ ਪਾਖਿਆ, ਉਹਦਾ ਜਿਹੜਾ ਸੁਭਾਅ ਚੰਗਾ ਸੁਭਾਅ ਹੈਗਾ ਸਾਰਾ ਪ੍ਰਗਟ ਹੋ ਜਾਂਦਾ ਤੁਹਾਡੇ 'ਚ। ਗਾਵੋ ਸੁਣੋ ਪੜ੍ਹੋ ਨਿਤ ਭਾਈ, ਕਹਿੰਦੇ ਵੀ ਗਾਵੋ ਉਹਦੀ ਬਾਣੀ ਅਤੇ ਕੰਨਾਂ ਨਾਲ ਸੁਣੋ। ਲੋਕ ਕੀ ਕਹਿੰਦੇ ਨੇ ਜਿਹੜੇ ਅਕਾਲ ਪੁਰਖ ਸਤਿਗੁਰੂ ਨਾਨਕ ਦੇਵ ਜੀ ਕੀ ਕਹਿ ਕੇ ਨੇ ਉਹਨਾਂ ਦੀ ਬਾਣੀ ਸਮਝੋ। ਪਰ ਇਹ ਖਿਆਲ ਰੱਖਣਾ ਕਿ ਇਹ ਖੱਤਰੀਆਂ ਦਾ ਯੁੱਗ ਹੈਗਾ ਕਲਯੁੱਗ। ਖੱਤਰੀਆਂ ਦੇ ਘਰ ਜਿਨ੍ਹਾਂ ਦਾ ਯੁੱਗ ਹੋਵੇ ਉਹਨਾਂ ਦੇ ਘਰ ਪ੍ਰਗਟ ਹੁੰਦੇ ਨੇ ਅਵਤਾਰ। ਖੱਤਰੀਆਂ ਨੇ ਕੋਈ ਲੈਸ 1% ਵੀ ਨਹੀਂ ਇਹ ਖੱਤਰੀ ਸਿੱਖ ਬਣੇ ਸੀਗੇ। 70% ਜਿਹੜੇ ਸਿੱਖ ਸੀ ਬਣੇ ਉਹ ਜੱਟ ਬਣੇ ਸਨ, ਮੈਕਸੀਮਮ ਜੱਟਾਂ ਨੇ ਕੀਤੀ ਸੀ। ਉਹਦਾ ਇਹ ਹੈਗਾ ਕਿ ਦੁਆਬਰ ਵਿੱਚ ਜੱਟ ਮੂਰਖ ਸੀਗੇ, ਇਹਦੇ 'ਚ ਉਲਟ ਹੋ ਜਾਂਦਾ ਹੈਗਾ, ਕਲਯੁੱਗ ਵਿੱਚ ਭਗਤ ਬਣ ਜਾਂਦੇ ਨੇ। ਤ੍ਰੇਤੇ 'ਚ ਦੇਵ ਖੱਤਰੀ ਹੁੰਦੇ ਸੀ ਦੇਵਤਾ, ਇਹਨਾਂ ਨੇ ਆਪਣੀ ਪਾਖਿਆ ਬਦਲੀ ਅਤੇ ਕਲਯੁੱਗ ਵਿੱਚ ਬਣ ਗਏ 1 ਨੰਬਰ ਦੇ ਸ਼ੈਤਾਨ। ਅਤੇ ਇਹਨਾਂ ਨੇ ਇਹ ਜਿਹੜੀ ਬਾਣੀ ਹੈਗੀ ਬਹੁਤ ਹੇਰਾ ਫੇਰੀ ਕੀਤੀ, ਇਹਨਾਂ ਨੇ ਬਦਲੀ ਬੁਦਲੀ ਹੈਗੀ। ਇਹ ਜਿਹੜੀ ਬੀੜ ਹੁੰਦੀ ਹੈ ਲਿਖੀ ਨਹੀਂ ਜਾਂਦੀ। ਤਦੇ ਸਤਿਗੁਰੂ ਅਰਜਨ ਦੇਵ ਜੀ ਨੇ ਜਦੋਂ ਬੀੜ ਲਿਖੀ ਲਿਖਵਾਈ ਸੀ ਨਾ ਆਪਣੇ ਗੁਰਦਾਸ ਭਾਈ ਜੀ ਤੋਂ, ਉਹਨਾਂ ਨੂੰ ਫਿਰ ਬੀੜ ਲੱਗੀ ਭੇਜੀ ਸੀਗੀ, ਇਹਦੇ ਹੁਣ ਬਣਵਾ ਲਿਆਓ ਇਹਦੀ ਬੀੜ ਜਿਲਦ ਬਣਵਾ ਲਿਆ। ਉਹਨਾਂ ਨੇ ਜਿਹੜੇ ਸਿੱਖ ਇਕੱਲੇ ਸਨ ਨਾ ਉਹਨਾਂ ਨੇ ਜਾਂਦਿਆਂ ਜਾਂਦਿਆਂ ਉਤਾਰਾ ਕਰ ਲਿਆ ਸੀ ਇੱਕ ਹੋਰ ਬੀੜ ਦਾ, ਅਤੇ ਉਹ ਫਿਰ 2 ਬੀੜਾਂ ਬਣਵਾ ਕੇ ਲਿਆ ਵੀ ਸਾਨੂੰ ਸ਼ਾਬਾਸ਼ ਮਿਲੂਗੀ ਵੀ ਕਿਸੇ ਪਈ ਜਿਹੜੀ ਹੈਗੀ ਆ ਸੁੱਚੀ ਬੀੜ ਹੈਗੀ ਜੀ, ਆਸ ਇਸੇ ਉਤਾਰਾ ਕੀਤਾ ਹੋਇਆ ਇਹਦਾ। ਹੁਣ ਜਿਹੜਾ ਉਤਾਰਾ ਕੀਤਾ ਸੀ ਉਹਦੇ 'ਚ ਗਲਤੀ ਹੋ ਸਕਦੀ ਸੀਗੀ ਕਿ ਉਹ ਇਨਸਾਨ ਨੇ ਕੀਤਾ ਸੀਗਾ ਅਤੇ ਉਹਨੇ ਜਿਹੜੇ ਸਤਿਗੁਰੂਆਂ ਨੇ ਦੇਖਿਆ ਨਹੀਂ ਸੀ ਉਹਨੂੰ। ਜਿਹੜੀ ਸੁੱਚੀ ਬੀੜ ਹੈਗੀ ਉਹ ਸਤਿਗੁਰੂ ਜਦੋਂ ਭਾਈ ਗੁਰਦਾਸ ਲਿਖ ਹਟਦੇ ਸੀ ਨਾ ਉਹਦੇ ਤੋਂ ਬਾਅਦ ਉਹ ਪੜ੍ਹਦੇ ਹੁੰਦੇ ਸੀਗੇ ਵੀ ਠੀਕ ਹੈਗਾ ਸਭ ਕੁਛ, ਅਤੇ ਉਹਨੂੰ ਨਾਲੇ ਜੇ ਕੋਈ ਉਹ ਪਹਿਲਾਂ ਤਾਂ ਜਦੋਂ ਕਲਮ ਉਹਦੇ ਹੱਥ ਫੜਾਉਂਦੇ ਭਾਈ ਗੁਰਦਾਸ ਦੇ ਉਦੋਂ ਫਿਰ ਆਪ ਹੀ ਉਹ ਲਿਖਦੇ ਹੁੰਦੇ ਨੇ, ਕਲਮ ਹੀ ਉਹਦੇ ਹੱਥ ਹੁੰਦੀ ਹੈਗੀ। ਅਤੇ ਇਹ ਜਦੋਂ ਲਿਖੀ ਸੀ ਸਿੱਖਾਂ ਨੇ ਲਿਖੀ ਸੀਗੀ ਅਤੇ ਉਹਨੂੰ ਕਹਿੰਦੇ ਸੀ ਖਾਰੀ ਬੀੜ, ਵੀ ਇਹਦੇ 'ਚ ਗਲਤੀ ਹੋ ਸਕਦੀ ਹੈਗੀ। ਅਤੇ ਹੁਣ ਜਿਹੜੀ ਅੰਮ੍ਰਿਤਸਰ ਹੈਗੀ ਜਿਹੜੀ ਕਰਤਾਰਪੁਰ ਪਈ ਨਾ ਅਸਲੀ ਬੀੜ ਜਿਹੜੀ ਲਿਖਵਾਈ ਸੀਗੀ
ਉਹ ਕਿਤੇ ਡਿਪਟੀ ਕਮਿਸ਼ਨਰ ਜਿਹੜਾ ਸੀਗਾ ਜਲੰਧਰ ਦਾ, ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਨਾ ਵੀ ਸਾਡੇ ਹੱਥ ਹੋਣਾ ਚਾਹੀਦਾ ਗੁਰਦੁਆਰਾ ਕਰਤਾਰਪੁਰ ਵਾਲਾ, ਉਦੋਂ ਫਿਰ ਉਹਨਾਂ ਨੇ ਵੀਡ ਉੱਥੇ ਮੰਗਵਾ ਲਈ ਸੀਗੀ ਡਿਪਟੀ ਕਮਿਸ਼ਨਰ ਨੇ ਆਪਣੇ ਦਫ਼ਤਰ ਵਿੱਚ, ਅਤੇ ਉੱਥੇ ਫਿਰ ਪ੍ਰੋਫੈਸਰ ਜੋਤ ਸਿੰਘ ਅਤੇ ਹੋਰ ਟਰੰਪ ਸੀਗਾ ਇੱਕ ਜਰਮਨ, ਉਹਨਾਂ ਨੇ ਰਲ ਕੇ ਸਫ਼ਾ ਹਰ ਇੱਕ ਸਫ਼ਾ ਪੜ੍ਹਿਆ, ਅਤੇ ਉਹਨਾਂ ਨੇ ਦੇਖਿਆ ਵੀ ਕਈ ਜਗ੍ਹਾ ਸੌਂਤ ਨਾਲ ਹੇਰਾਫੇਰੀਆਂ ਕੀਤੀਆਂ ਹੋਈਆਂ ਨੇ, ਕਈ ਜਗ੍ਹਾ ਸਫ਼ੇ ਸਾਫ਼ ਕੀਤੇ, ਕਈ ਜਗ੍ਹਾ ਸਤਰਾਂ ਸਾਫ਼ ਕੀਤੀਆਂ ਹੋਈਆਂ ਨੇ, ਅਤੇ ਇਸ ਕਰਕੇ ਜਿਹੜੀ ਵੀੜ ਹੈਗੀ ਅੱਤ ਖਾਰੀ ਹੈਗੀ ਜਿਹੜੀ ਤੁਸੀਂ ਪੜ੍ਹਦੇ ਹਾਂ ਗੁਰਦੁਆਰਿਆਂ 'ਚ, ਅਤੇ ਇਸ ਕਰਕੇ ਇਹਨੂੰ ਸੰਭਾਲ ਕੇ ਪੜ੍ਹਨਾ ਚਾਹੀਦਾ, ਅਤੇ ਜਦੋਂ ਪੜ੍ਹਦੇ ਹਾਂ ਉਦੋਂ ਤੋਤੇ ਵਾਂਗ ਨਾ ਪੜ੍ਹੀ ਜਾਵੋ ਉੱਦਾਂ ਹੀ। ਇਹਦਾ ਬਾਣੀ 'ਚ ਹੈਗਾ ਭਗਤ ਕਬੀਰ ਜੀ ਦਾ ਭਾਗ ਮਹਾਂਛਲ ਪੂਜਾ ਥਾਨ, ਭਾਗ ਮਹਾਂਛਲ ਹੁੰਦਾ ਬੇਈਮਾਨੀ ਨਾਲ ਪੈਸਾ ਕਮਾਉਣਾ, ਪੂਜਾ ਦਾਨ ਦਾ ਮਤਲਬ ਗੁਰਦੁਆਰੇ 'ਚ ਲੈ ਕੇ ਜਾਂਦੇ ਨਾ ਆਪਾਂ ਵੀ ਪੂਜਾ ਕਰਨੀ, ਉੱਥੇ ਰੋਟੀ ਆਟਾ ਦਿੰਦੇ ਹਾਂ ਦੁੱਧ ਦਿੰਦੇ ਹਾਂ ਜਾਂ ਹੋਰ, ਪੂਜਾ ਦਾਨ ਜੋ ਜੋ ਪ੍ਰਾਣੀ ਖਾਏ ਤੀਰਥ ਹਾਲ ਸਭ ਸੱਤ ਜਾਏ, ਯਾਨੀ ਕਿ ਉਹ ਜਿਹੜਾ ਪ੍ਰਾਣੀ ਖਾਂਦਾ ਉਹਦੇ ਜਿਹੜੇ ਤੀਰਥ ਤੂਰਥ ਕੀਤੇ ਸਭ ਚਲੇ ਜਾਂਦੇ ਨੇ, ਯਾਨੀ ਕਿ ਜਿਹੜਾ ਪੂਜਾ ਦਾਨ ਨਹੀਂ ਖਾਣਾ ਚਾਹੀਦਾ। ਇਸੇ ਕਰਕੇ ਸਤਿਗੁਰੂ ਅੰਗਦ ਦੇਵ ਜੀ ਉਹ ਰੋਟੀ ਬਣਾਉਂਦੇ ਹੁੰਦੇ ਸੀ, ਤਿਆਰ ਕਰਾਉਣੀ ਸਭ ਕੁਝ ਕਰਨਾ, ਪਰ ਉੱਥੇ ਨਹੀਂ ਸੀ ਖਾਂਦੇ, ਘਰ ਜਾ ਕੇ ਆਪਣੀ ਰੋਟੀ ਖਾਂਦੇ ਸੀ, ਉੱਥੇ ਸੰਗਤ ਖਾਂਦੀ ਸੀ ਆ ਕੇ, ਅਤੇ ਆਪਣੇ ਨੜਕਿਆਂ ਨੇ ਵੀ ਕਿਹਾ ਸੀ ਉੱਥੇ ਨਹੀਂ ਖਾਣੀ ਰੋਟੀ, ਆਪਣੇ ਘਰ ਖਾਓ। ਇਹ ਸੀਗੀ ਰੋਟੀ ਜਿਹੜੀ ਬਣਦੀ ਹੈਗੀ, ਇਹ ਹੈਗੀ ਉਹਨਾਂ ਦੀ ਜਿਹੜੇ ਬਾਹਰੋਂ ਆਉਂਦੇ ਨੇ ਸੁਣਨ, ਉਹਨਾਂ ਦੀ ਸੇਵਾ ਲਈ ਹੈਗੀ ਇਹ ਰੋਟੀ ਬਣਦੀ ਉੱਥੇ, ਇਹ ਨਹੀਂ ਕਿ ਤੁਸੀਂ ਜਾ ਕੇ ਉੱਥੇ ਹਜ਼ਮ ਕਰ ਜਾਓ ਅਤੇ ਜਿਹੜੇ ਬਾਹਰੋਂ ਆਉਣ ਉਹ ਭੁੱਖੇ ਹੀ ਚਲੇ ਜਾਣ। ਅਤੇ ਅੱਜ ਕੱਲ੍ਹ ਤਾਂ ਇਹਨਾਂ ਨੇ ਉਹ ਬਣਾਇਆ ਨਾ ਸੋਸ਼ਲ ਕਲੱਬ ਬਣਾਏ ਨਾ ਗੁਰਦੁਆਰੇ, ਅਤੇ ਫਿਰ ਉੱਥੇ ਸੁਣਨਾ ਕੀ ਹੈਗਾ, ਗਾਵੋ ਸੁਣੋ ਪੜ੍ਹੋ ਨਿਤ ਪਾਈ, ਉਹ ਪੜ੍ਹੋ ਜਿਹੜੀ ਕਿਤਾਬਾਂ ਹੋਰ ਪੜ੍ਹੋ, ਬਾਈਬਲ ਪੜ੍ਹੋ ਹੋਰ ਪੜ੍ਹੋ, ਪਰ ਉਹਦੇ 'ਚ ਧਿਆਨ ਨਾਲ ਪੜ੍ਹੋ ਕਿ ਇਹ ਜਿਹੜੀ ਤੁਰਕੀ ਬਾਣੀ ਹੈਗੀ ਇਹ ਲਿਖੀ ਨਹੀਂ ਜਾਂਦੀ, ਤੁਰਕੀ ਬਾਣੀ ਲੌਜੀਕਲ ਰੀਜਨਿੰਗ ਨਾਲ ਆਉਂਦੀ ਹੈਗੀ, ਸੁਣੋ ਪੜ੍ਹੋ ਨਿਤ ਪਾਈ ਵੀ ਹਮੇਸ਼ਾ ਪੜ੍ਹੋ, ਇਹ ਨਹੀਂ ਤੁਸੀਂ ਆਪਣੇ ਕੰਨ ਬੰਦ ਕਰਕੇ ਤਾਂ ਬੈਠ ਜਾਓ, ਵੀ ਕੁਰਾਨ ਵੀ ਪੜ੍ਹੋ ਸਭ ਕੁਛ ਪੜ੍ਹੋ। ਗੁਰਪੂਰੇ ਤੂੰ ਰਾਖਿਆ, ਗੁਰਪੂਰੇ ਗੁਰਪੂਰੇ ਜਿਹੜਾ ਹੈਗਾ ਉਹ ਸਤਿਗੁਰੂ ਹੈਗਾ, ਗੁਰ ਹੁੰਦਾ ਢੰਗ, ਜਿਹਨੂੰ ਪੂਰਾ ਢੰਗ ਹੁੰਦਾ ਹੈਗਾ ਨਾ, ਢੰਗ ਕੀ ਹੈਗਾ ਲੌਜੀਕਲ ਰੀਜਨਿੰਗ, ਜਿਹਨੂੰ ਲੌਜੀਕਲ ਰੀਜਨਿੰਗ ਆਉਂਦੀ ਹੈਗੀ ਉਹਦੇ ਨਾਲ ਉਹ ਫਿਰ ਰੱਖਿਆ ਜਾਂਦਾ ਹੈਗਾ ਮਨ ਵਿੱਚ, ਸ਼ਬਦ ਮਿਲਦਾ ਹੈਗਾ ਉਹ ਫਿਰ ਤੁਹਾਡੇ ਮਨ ਵਿੱਚ ਟਿਕਦਾ ਹੈਗਾ। ਲੌਜੀਕਲ ਰੀਜਨਿੰਗ ਨੂੰ ਕਹਿੰਦੇ ਨੇ ਫਿਰ ਜਿਹੜਾ ਐਕਸਟਰੈਕਟ ਹੁੰਦਾ ਉਹਦਾ ਤੱਤ ਮੋਲ ਹੁੰਦਾ ਉਹਨੂੰ ਕਹਿੰਦੇ ਲੋਗੋ, ਲੋਗੋ ਹੁੰਦਾ ਹਿਜ ਵਰਡ, ਗ੍ਰੀਕ ਵਿੱਚ ਨਾ ਲੋਗੋ ਦਾ ਮਤਲਬ ਹਿਜ ਵਰਡ ਹੈਗਾ ਵੀ ਉਹਦਾ ਸ਼ਬਦ ਹੈਗਾ। ਸਾਚਾ ਸਾਹਿਬ ਅੰਮ੍ਰਿਤ ਵਡਿਆਈ, ਸਾਚਾ ਸਾਹਿਬ ਹੈਗਾ ਉਹਦੀ ਜਿਹੜੀ ਹੈਗੀ ਨਾ ਉਹਦੀ ਜਿਹੜੀ ਵਡਿਆਈ ਉਹ ਮਿਣੀ ਨਹੀਂ ਜਾ ਸਕਦੀ, ਅੰਮ੍ਰਿਤ ਹੈਗੀ ਬਹੁਤ ਹੈਗਾ ਉਹ। ਭਗਤ ਵਸ਼ਲ ਦਿਆਲਾ, ਉਹ ਭਗਤਾਂ ਦੇ ਜਿਹੜਾ ਹੈਗਾ ਨਾ ਉਹ ਦਿਆਲ ਹੈਗਾ, ਉਹਨੇ ਵਿਸ਼ਾਲ ਮੈਂ ਉਹਨੂੰ ਕੋਈ ਹੱਦ ਨਹੀਂ ਹੈਗੀ ਉਹਨਾਂ ਦੇ ਉਹ ਕੀ ਕਹੀਦਾ ਉਹਨੂੰ ਵੀ
ਉਹ ਜਿੱਦਾਂ ਕਹੀਦਾ ਨਾ ਵੀ ਉਹਦੇ 'ਤੇ ਡੁੱਲ ਗਿਆ, ਵੀ ਉਹਦੇ ਜਿਹੜੇ ਅਕਾਲ ਪੁਰਖ ਉਹਨਾਂ 'ਤੇ ਡੁੱਲੇ ਹੋਏ ਨੇ ਭਗਤਾਂ 'ਤੇ, ਉਹਨਾਂ 'ਤੇ ਦਿਆਲ ਹੈਗੇ ਨੇ। ਇਹ ਜਿਹੜੀ ਬਾਣੀ ਮਿਲਦੀ ਬਾਈ ਗ੍ਰੇਸ ਆਫ ਹਿਜ਼ ਵਰਡ, ਬਾਈ ਗ੍ਰੇਸ ਆਫ ਆਵਰ ਫਾਦਰ, ਪ੍ਰਭ ਦੀ ਨਜ਼ਰ ਹੋਵੇ ਤਾਂ ਤਦ ਮਿਲਦੀਗੀ ਉਹਨਾਂ 'ਤੇ ਉਹ, ਫਿਰ ਨਜ਼ਰ ਜਿਹੜੀ ਉਹਨੇ ਆਪਣੀ ਵੀ ਉਹਨੇ ਨਜ਼ਰ ਜਿਹੜੀ ਉਹਨਾਂ ਨੇ ਉੱਤੇ ਪਾਈ ਪ੍ਰਭ ਦੇ ਵਿਸ਼ਾਲ, ਵੀ ਉਹਦਾ ਕੋਈ ਹੱਦ ਨਹੀਂ ਹੈਗੀ। ਵੀ ਇੰਨੀ ਜਿੱਦਾਂ ਛਲ ਆਉਂਦੀ ਨਾ ਉਹਦੀ ਪਾਣੀ ਦੀ, ਇੱਦਾਂ ਉਹ ਫਿਰ ਭਗਤਾਂ ਨੂੰ ਬਾਣੀ ਦਿੰਦਾ ਹੈਗਾ। ਸੰਤਾਂ ਕੀ ਪੈਜ ਰੱਖਦਾ ਆਇਆ, ਜਿਹੜੇ ਸੰਤ ਹੈਗੇ ਉਹਦੇ ਪੁਜਾਰੀ ਹੈਗੇ ਉਹਨਾਂ ਦੀ ਉਹ ਇੱਜ਼ਤ ਰੱਖਦਾ ਆਇਆ ਹੈਗਾ। ਆਦਿ ਬਿਰਧ ਪ੍ਰਤਪਾਲ ਪ੍ਰਤਪਾਲਾ, ਆਦਿ ਮੈਂ ਨਾ ਸ਼ੁਰੂ ਤੋਂ ਹੀ ਉਹਦਾ ਇਹ ਹੈਗਾ ਬਿਰਧ ਹੈਗਾ, ਇਹ ਉਹਦੀ ਕਰੈਕਟਰਿਸਟਿਕ ਹੈਗੀਆਂ ਕਿ ਉਹ ਪ੍ਰਤਪਾਲਾ ਉਹਨਾਂ ਦੀ ਪਾਲਣਾ ਕਰਦਾ ਹੈ, ਜਿੱਦਾਂ ਧਰੂਹ ਭਗਤ ਦੀ ਜਾਂ ਹੋਰਾਂ ਦੀ ਭਗਤਾਂ ਦੀ ਉਹਨੇ ਆਪਣੇ ਬਿਰਧ ਆਪਣੇ ਰੱਖਿਆ, ਉਹਨਾਂ ਨੂੰ ਆਪਣੇ ਹੱਥ ਦੇ ਕੇ ਪਹਿਜ ਦਿੱਤੀ। ਇੱਕ ਹੁੰਦਾ ਆਦਮੀ ਦਾ ਹੱਥ, ਜਿਹੜਾ ਕਿ ਤੁਸੀਂ ਆਪਣੇ ਹੁੰਦਾ ਨਾ ਵੀ ਲੋਕਾਂ 'ਚ ਬਣਾ ਲੈਂਦੇ ਹਾਂ ਝੂਠ ਛਾਠ ਬੋਲ ਕੇ ਅਤੇ ਆਪਣਾ ਬਣ ਜਾਂਦੇ ਚੌਧਰੀ, ਉਦੋਂ ਫਿਰ ਹੁੰਦੇ ਲੋਕਾਂ ਦੀ ਜਿਹੜੀ ਹੁੰਦੀ ਸੀ ਨਾ ਪੈਜ ਉਹਨਾਂ ਦੀ ਹੁੰਦੀ ਸੀ, ਹੱਥ ਉਹਨਾਂ ਦੇ ਸਿਰ 'ਤੇ ਬਣਦੇ ਆ। ਜਦੋਂ ਸ਼ਬਦ 'ਤੇ ਕਰੋ ਉਦੋਂ ਅਕਾਲ ਪੁਰਖ ਦੇ ਸਿਰ 'ਤੇ ਬਣੀਦਾ ਹੈਗਾ, ਉਹਦਾ ਹੱਥ ਉੱਪਰ ਹੁੰਦਾ ਤੁਹਾਡੇ, ਉਹ ਸਾਰਿਆਂ ਨੂੰ ਵੱਡਾ ਹੱਥ ਹੈਗਾ। ਹਰ ਅੰਮ੍ਰਿਤ ਨਾਮ ਭੋਜਨ ਨਿੱਤ ਪਹੁੰਚੋ, ਹਰ ਅੰਮ੍ਰਿਤ ਜਿਹੜਾ ਹੈਗਾ ਉਹਦਾ ਜਿਹੜਾ ਨਾਮ ਹਰ ਹੈਗਾ, ਹਰੀ ਨਹੀਂ ਹੈਗਾ, ਹਰੀ ਹੈਗਾ ਹਰੀ ਓਮ ਸ਼ਾਂਤੀ ਹਿੰਦੂਆਂ ਦਾ, ਹਰ ਹੈਗਾ ਹਰ ਏਕ ਓਂਕਾਰ, ਹਰ ਦਾ ਅੰਮ੍ਰਿਤ ਜਿਹੜਾ ਹੈਗਾ ਨਾਮ ਹੈਗਾ ਉਹ ਭੋਜਨ ਜਿਹੜੀ ਬਾਣੀ ਹੈਗੀ ਉਹ ਤੁਸੀਂ ਆਪਣਾ ਭੋਜਨ ਬਣਾਓ। ਇਹ ਭੋਜਨ ਖਾ ਹੁੰਦਾ ਐਸ ਐਸ ਨਾਲ, ਇਹ ਮੂੰਹ ਹੈਗਾ ਕੰਨ, ਕੰਨ ਜਿਹੜੇ ਹੈਗੇ ਨੇ ਹੈਗਾ ਮੂੰਹ, ਇਹਨੂੰ ਹਿਰਦੇ 'ਚ ਲੈ ਕੇ ਜਾਓ, ਉੱਥੇ ਉਹਨੂੰ ਪਹੁੰਚਾਓ, ਹਿਰਦੇ 'ਚ ਪਹੁੰਚਾ ਕੇ ਅਤੇ ਫਿਰ ਮੂੰਹ 'ਚੋਂ ਕੱਢੋ, ਠੀਕ ਹੈ। ਇਹਨੂੰ ਕਹਿੰਦੇ ਈਟਿੰਗ ਦੀ ਫਲੈਸ਼ ਆਫ ਜੀਜ਼ਸ, ਸਤਿਗੁਰੂ ਨਾਨਕ ਦਿਆ ਜਿਹੜਾ ਹੈਗਾ ਨਾ ਆਪਣੇ ਮਾਸ ਜਿਹੜਾ ਹੈਗਾ ਮਾਸ, ਉਹ ਇਹਦੇ ਨਾਲ ਖਾਣਾ ਹੈਗਾ, ਖਾ ਕੇ ਅੰਦਰ ਲੈ ਕੇ ਜਾਣਾ ਹਿਰਦੇ 'ਤੇ, ਫਿਰ ਮੂੰਹ 'ਚ ਕੱਢਣਾ। ਦੈਟ ਇਜ਼ ਕਾਲਡ ਦੀ ਡਰਿੰਕਿੰਗ ਦੀ ਬਲੱਡ ਆਫ ਕ੍ਰਾਈਸਟ, ਯਾਨੀ ਕਿ ਉਹ ਫਿਰ ਉਹਦੇ ਉਹਨਾਂ ਦੀ ਓਨਰ 'ਚ ਨਾ ਇਸ ਨੂੰ ਆਪਾਂ ਬੋਲਣਾ ਹੈਗਾ। ਇਹ ਜਿਹੜੇ ਨਾ ਕ੍ਰਿਸਚੀਅਨ ਹੈਗੇ ਇਹ ਰੋਟੀ ਜੀ ਤੋੜ ਕੇ ਕਹਿੰਦੇ ਜੈਸ ਦੀ ਫਲੈਸ਼ ਆਫ ਜੀਜ਼ਸ, ਇਹ ਨਹੀਂ ਹੈਗਾ ਫਲੈਸ਼, ਫਲੈਸ਼ ਹੈਗਾ ਬਾਣੀ ਭੋਜਨ। ਪਹੁੰਚੇ ਸਰਬ ਵੇਲਾ ਮੁੱਖ ਪਾਵੋ, ਕਹਿੰਦੇ ਵੀ ਹਰ ਵੇਲੇ ਤੁਸੀਂ ਉਹਦੇ ਆਪਣੇ ਸੁਣੋ। ਜਰਾ ਮਰਾ ਤਾਪ ਸਭ ਨਾਠਾ, ਜਰਾ ਹੈਗੀ ਜਰਾ ਹੈਗੀ ਆਤਮਿਕ ਬੁਢੇਪੇ ਬੁਢੇਪਾ, ਯਾਨੀ ਕਿ ਉਮਰ, ਮਰਾ ਜਦੋਂ ਆਦਮੀ ਮੌਤ, ਅਤੇ ਤਾਪ ਹੈਗਾ ਦੁੱਖ ਕਲੇਸ਼, ਸਭ ਨੱਠ ਆ, ਇਹ ਸਾਰੇ ਨੱਠ ਜਾਂਦੇ ਨੇ। ਗੁਣ ਗੋਬਿੰਦ ਨਿਤ ਗਾਵੋ, ਆਪਣੇ ਗੁਣ ਜਿਹੜੇ ਗੋਬਿੰਦ, ਗੋ ਹੈਗਾ ਰੋਸ਼ਨੀ, ਬਿੰਦ ਹੈਗਾ ਪੁੱਤਰ, ਯਾਨੀ ਕਿ ਗੋਬਿੰਦ ਜਿਹੜੇ ਹੈਗਾ ਨਾ ਆਪਣੇ ਤੁਸੀਂ ਗੋਬਿੰਦ ਦੇ ਤੁਸੀਂ ਪੁੱਤਰ ਹੈਗੇ ਆ,
ਤੁਸੀਂ ਉਹਦੇ ਆਪਣੇ ਗੋਬਿੰਦ ਦੇ ਗੁਣ ਗਾਓ, ਅਕਾਲ ਪੁਰਖ ਦੇ ਨਿਤ ਗਾਵੋ। ਸੁਣੀ ਅਰਦਾਸ ਸਵਾਮੀ ਮੇਰੀ, ਮੇਰੇ ਸਵਾਮੀ ਨੇ ਮੇਰੀ ਜਿਹੜੀ ਮਨ ਦੀ ਅਰਦਾਸ ਸੀਗੀ ਉਹ ਸੁਣੀ। ਮੇਰੇ ਸਰਬ ਕਲਾ ਬਣ ਆਈ, ਉਹ ਮੇਰੇ ਉਹਨੇ ਮੇਰੀਆਂ ਸਾਰੀਆਂ ਜਿਹੜੀਆਂ ਸੀ ਕਲੇਸ਼ ਜਾਂ ਦੁੱਖ ਸੀਗੇ ਉਹਨੇ ਸਾਰੇ ਸਵਾਰ ਦਿੱਤੇ। ਉਹਨੇ ਕੋਈ ਉਹਨੇ ਨਹੀਂ ਢਿੱਲ ਛੱਡੀ, ਸਾਰੇ ਸਵਾਰ ਦਿੱਤੇ, ਮੈਨੂੰ ਠੰਡ ਪਾ ਦਿੱਤੀ ਅਤੇ ਮੈਂ ਆਪਣੇ ਆਰਾਮ ਨਾਲ। ਪ੍ਰਗਟ ਭਈ ਸਗਲੇ ਯੁੱਗ ਅੰਤਰ, ਪ੍ਰਗਟ ਭਈ ਸਗਲੇ ਯੁੱਗ ਅੰਤਰ, ਸਾਰੇ ਯੁੱਗ 'ਚ ਯਾਨੀ ਕਿ ਸਾਰੀ ਦੁਨੀਆਂ 'ਚ ਇਹ ਜਿਹੜੀ ਉਹਦੀ ਬਾਣੀ ਉੱਥੇ ਫਿਰ ਪ੍ਰਗਟ ਹੋਈ, ਯਾਨੀ ਕਿ ਰੋਸ਼ਨੀ ਦਿੱਤੀ। ਜਦੋਂ ਮੂੰਹ ਤੋਂ ਬੋਲੋਗੇ ਨਾ, ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਸਮਝਾਓਗੇ ਲੋਕਾਂ ਨੂੰ, ਫਿਰ ਉਹ ਸਾਰੇ ਦੁਨੀਆਂ 'ਚ ਫੈਲੇਗੀ। ਜੋ ਅੱਜ ਕੱਲ੍ਹ ਸਾਰੀ ਦੁਨੀਆਂ 'ਤੇ ਸਿੱਖ ਬੈਠੇ ਨੇ, ਅਤੇ ਜੇ ਸਿੱਖ ਹੈਗਾ ਕੋਈ ਤਾਂ ਉਹ ਪਗੜੀ ਨਾਲ ਨਹੀਂ ਬਣਦਾ, ਬੋਲਣ ਨਾਲ ਬਣਦਾ ਹੈਗਾ। ਅਤੇ ਉਹ ਪੰਜਾਬੀ ਉਹਨਾਂ ਨੂੰ ਆਉਂਦੀ ਹੈਗੀ ਅਤੇ ਉਹ ਸਮਝਾ ਸਕਦੇ ਨੇ ਜੇ ਉਹਨਾਂ ਦੇ ਮਨ 'ਚ ਉਹ ਵੱਸ ਜਾਵੇ। ਯੁੱਗ ਅੰਮ੍ਰਿਤ ਗੁਰੂ ਨਾਨਕ ਦੀ ਵਡਿਆਈ, ਅੰਮ੍ਰਿਤ ਜਿਹੜਾ ਹੈਗਾ ਇਹ ਜਿਹੜਾ ਸ਼ਬਦ ਦੀ ਸਮਝ ਹੈਗੀ। ਜਦੋਂ ਸ਼ਬਦ ਤੁਹਾਡੇ ਹਿਰਦੇ 'ਤੇ ਬਹਿ ਜਾਂਦਾ, ਇਹ ਹਿਰਦਾ ਜਿਹੜਾ ਹੈ ਇਹ ਟਕਸਾਲ ਹੈਗੀ। ਜਦੋਂ ਇਹਦੇ 'ਚ ਟਕਸਾਲ 'ਚ ਅੰਮ੍ਰਿਤ ਉਹ ਜਿਹੜਾ ਪਾ ਦਿੰਦੇ ਆ ਤੁਸੀਂ, ਇੱਥੋਂ ਘੜ ਹੁੰਦਾ ਨਾ ਟਕਸਾਲ 'ਚੋਂ ਆਪਣੇ ਗੁਰ, ਗੁਰ ਹੈਗਾ ਢੰਗ, ਲੋਜੀਕਲ ਰੀਜ਼ਨਿੰਗ। ਅੰਤਰ ਗੁਰ ਨਾਨਕ ਕੀ ਵਡਿਆਈ, ਅੰਤਰ ਜਿਹੜਾ ਗੁਰ ਹੈਗਾ ਨਾ, ਜਿਹੜਾ ਕਿ ਲੋਜੀਕਲ ਰੀਜ਼ਨਿੰਗ ਕਰਕੇ ਤੁਹਾਨੂੰ ਦੱਸਦਾ ਹੈਗਾ ਸਤਿਗੁਰੂ, ਉਹਦੀ ਵਡਿਆਈ ਹੈਗੀ। ਅਤੇ ਉਸ ਦੀ ਵਡਿਆਈ ਦੇ ਨਾਲ ਤੁਸੀਂ ਇਹ ਨਾਮ ਪਾਇਆ ਹੈਗਾ। ਜੇ ਸਤਿਗੁਰੂ ਨਹੀਂ ਹੈਗਾ ਅੰਦਰ ਤਾਂ ਨਾਮ ਨਹੀਂ ਪਾ ਸਕਦੇ। ਤਦੇ ਮੈਂ ਲਿਖਿਆ, ਨੋ ਕ੍ਰਾਈਸਟ ਇਨ ਯੋਰ ਹਾਰਟ, ਨੋ ਗੋਸਪਲ ਬਟ ਡੈਡ ਲੈਟਰਸ। ਡੈਡ ਲੈਟਰ ਪੜ੍ਹੀ ਜਾਓ ਤੁਸੀਂ ਤੋਤੇ ਵਾਂਗਣ ਦਿਨ ਰਾਤ, ਇਹ ਸਮਝ ਨਹੀਂ ਪੈਂਦੀ। ਸਮਝ ਉਹਦੇ ਪੈਂਦੀ ਵੀ ਜਿਹਨੂੰ ਅਕਾਲ ਪੁਰਖ ਮਿਹਰ ਕਰੇ, ਨਦਰ ਕਰੇ। ਅੱਗੇ ਤੁਹਾਡੀ ਮਰਜ਼ੀ, ਪਹਿਲਾਂ ਆਪਣੇ ਪਿਓ ਦੇ ਬਣੋ। ਜਦੋਂ ਜਨਮ ਦਿੱਤਾ ਸੀ ਤੁਹਾਨੂੰ, ਤੁਸੀਂ ਆਪ ਨਹੀਂ ਲਿਆ, ਅਕਾਲ ਪੁਰਖ ਨੇ ਦਿੱਤਾ। ਪਹਿਲਾਂ ਉਹਦੇ ਪਿਓ ਦੇ ਬਣੋ, ਕੱਚੇ ਪਿਓ ਦੇ ਬਣੋ, ਫਿਰ ਪੱਕੇ ਪਿਓ ਦੇ ਬਣੋਗੇ। ਬ੍ਰਹਮ ਕੇ ਬੇਟੇ ਸ਼ਬਦ ਪਛਾਤਾ, ਜੇ ਬ੍ਰਹਮ ਦੇ ਬੇਟੇ ਨਹੀਂ ਹੈਗੇ ਤਾਂ ਤੁਸੀਂ ਸ਼ਬਦ ਨਹੀਂ ਪਛਾਣ ਸਕਦੇ।